नमस्कार, मैं पल्लवी कुमारी स्ट्रेटलाइन मीडिया च तुंदा मता मता स्वागत कर रही हां। तुसे 47 दी कहानियां ते बड़ियां सुनियां होनियां, फिल्मां च भी बड़ी दिखी होनियां, ते बड़े सारे लोक ने ऐसे जेड़े बुजुर्ग ने ओ कहानियां सुनांदे अज भी 47 दियां। ते अज इस गल्लबात करगे, तुंदी मलाटी भी करागे एक ऐसे शख्सियत नाल जेड़े कि मतलब 47 तू अजे तक इधर मतलब रहा दे ने। ते माता जी, तुंदा नाम दसो। विष्णु देवी। ते तुंदी उम्र मतलब ए किन्नी है? उम्र है वो 65 साल। 80 मैं 85 साल। 85 साल उम्र। ते माता जी, तुसी गल दसो कि जिले 1947 दी पान पई ही, उस वक्त तुंदी के उम्र ही? उस वेले सी कोई 14 साल। उले सिर्फ 14 साल ही? बड़ी लोकी उम्र ही उले। ते तुसी बड़ा कुछ दिखिया होना अपनी जिले 47 दी पान पई ही, ते दिखिया होना बड़ा कुछ। लोग नसदे भजदे ही। ਨਸਦੇ ਵਜਦੇ ਦਿਖੇ? ਹਾਂ, ਮੈਂ ਵੀ ਇਹਨਾਂ ਦੇ ਮਤਲਬ ਸਾਰੇ ਹੀ ਪਤਾ ਕਿ ਵੱਢ ਢੁੱਕ ਬੜੀ ਹੋਈ ਸੀ, ਬੜਾ ਕਿ ਮਤਲਬ ਇਹਾਂ ਖੂਨ ਖਰਾਬਾ ਬੜਾ ਹੋਇਆ ਹਾ। ਹਿੰਦੂ ਵੱਖਰੇ ਹੋਈਏ, ਮੁਸਲਮਾਨ ਵੱਖਰੇ ਹੋਈਏ, ਬੜਾ ਨਸ ਭੱਜ ਬੜੀ ਹੋਈ ਸੀ। ਤੇ ਲੋਕ ਮਤਲਬ ਕਾਫੀ ਖੂਨ ਖਰਾਬਾ ਦਿਖਿਆ ਹੀ ਹੁੰਦਾ ਕਿ ਨਹੀਂ? ਖੂਨ ਖਰਾਬਾ ਨੇ ਸਾ ਦਿਖਿਆ, ਨਸ ਭੱਜ ਕੇ ਦਿਖੀ, ਖੂਨ ਖਰਾਬਾ ਲਾਹੌਰ ਹੋਇਆ। ਲਾਹੌਰ ਹੋਇਆ? ਹਾਂ। ਤੇ ਤੁਸ ਕਦੇ ਮਤਲਬ ਤੁਸੀਂ ਰੋਂਦੇ ਕਿੱਥੇ ਜਿਲੇ? ਚੰਬੇ। ਚੰਬੇ? ਤੇ ਚੰਬੇ ਤੋਂ ਮਤਲਬ ਤੁਸੀਂ ਇੱਧਰ ਆਏ ਕਿਵੇਂ ਆਏ? ਤੁਹਾਨੂੰ ਵਿਆਹ ਕਿਵੇਂ ਮਤਲਬ ਕਿੱਧਰ ਹੋਇਆ? ਸਾਡੇ ਵਿਆਹ ਤਾਂ ਹੀ ਹੈ ਚਨੈਣੀ। ਚਨੈਣੀ ਹੋਇਆ ਵਿਆਹ? ਤੇ ਮਤਲਬ ਉੱਧਰ ਹੋਇਆ ਵਿਆਹ ਜਾਂ ਫਿਰ ਮਤਲਬ ਇੱਧਰ ਆਈਏ? ਨਹੀਂ, ਇੱਥੇ ਆਈਏ, ਚਨੈਣੀ ਆਈ। ਅੱਛਾ, ਇੱਧਰ ਆਈਏ ਕੀਤਾ? ਤੇ ਉਸ ਲਈ ਮਤਲਬ ਕੀ ਉਮਰ ਸੀ ਹੁੰਦੀ ਵਿਆਹ? ਕੁਛ ਕਿਸ ਉਮਰ 'ਚ ਹੋਇਆ ਵਿਆਹ? 14 ਸਾਲ ਦੀ 'ਚ ਹੋਇਆ, ਅਤੇ ਦੇਖਿਆ ਇਹ ਕਿਸੇ ਦੇ, ਇਹ ਕੋਈ 13 ਸਾਲ ਦੀ ਸੀ ਜਾਣੀ। ਅੱਛਾ, ਜਿਲੇ 13 ਸਾਲ ਦੇ ਉਹਨੇ ਦੇਖਿਆ, ਤੇ 14 ਸਾਲ 'ਚ ਵਿਆਹ ਹੋਈ ਹੈ। ਬੜੀ ਇਹ ਲੋਕੀ ਉਮਰ 'ਚ ਉਸ ਲਈ ਵਿਆਹ ਮਤਲਬ ਲੋਕ ਕਰੀ ਉੜਦੇ ਸੀ। ਅੱਜ ਕੱਲ੍ਹ ਤਾਂ ਲੋਕ 29-29 ਸਾਲ ਦੇ ਬਾਅਦ ਕੁਝ ਵਿਆਹ ਕਰਦੇ ਨੇ ਕੁੜੀ ਦਾ। ਉਸ ਟਾਈਮ ਹੁੰਦਾ ਹੈ ਕਿ ਨਿੱਕੀ ਨਿੱਕੀ ਲੋਕੀ ਉਮਰ 'ਚ ਵਿਆਹ ਕਰੀ ਉੜਦੇ ਸੀ। ਅਤੇ ਮਾਤਾ ਜੀ, ਤੁਸੀਂ ਕੀ ਮਤਲਬ ਦੇਖਿਆ ਉੱਧਰ ਕੀ ਮਾਹੌਲ ਕੀ ਹੋ ਜਾਇਆ ਉਸ ਵਕਤ? ਮਾਹੌਲ ਇਹ ਨਸ ਭੱਜ ਗਿਆ ਹੋਈ ਸੀ, ਅਤੇ ਲੋਕ ਆਪਣੇ ਆਪਣੇ ਰਫਾ ਰਫਾ ਕਿਸੇ ਦੀ ਚੀਜ਼ ਕੁਦਰ ਰਹੀ, ਕੋਈ ਕਿਵੇਂ ਚਨੈਣੀ ਵੀ ਵਿਆਹ ਜਿਸਲੇ ਹੋਇਆ ਤਾਂ ਬਾਅਦ ਵਿੱਚ ਭੀ ਪਾਣੀ ਇਹ ਰੌਲਾ ਪੈਦਾ ਹਰ ਵੱਢ ਢੁੱਕ, ਮੁਸਲਮਾਨ ਮਾਰੇ ਸੀ ਬੜੇ। ਹਾਂ, ਮੁਸਲਮਾਨ ਵੀ ਮਰੇ, ਹਿੰਦੂ ਵੀ ਮਰੇ, ਹਰ ਧਰਮ ਦੇ ਲੋਕ ਜਿਹੜੇ ਮਰੇ ਵਿਚਾਰੇ। ਅਤੇ ਹੋਣੀ ਤਾਂ ਗੱਲ ਨਹੀਂ ਚਾਹੀਦੀ, ਪਰ ਫਿਰ ਵੀ ਚਲੋ ਇਹ ਤਾਂ ਹੁੰਦੀ ਹੈ। ਲੇਕਿਨ ਤੁਸੀਂ ਦੱਸੋ ਵੀ ਸਕੂਲ ਤੁਸੀਂ ਪੜ੍ਹੇ ਰਹੇ ਹੋ? ਕਿੰਨਵੀਂ ਪੜ੍ਹੇ ਰਹੇ ਮਤਲਬ? ਪੰਜਵੀਂ ਤੱਕ। ਅਤੇ ਪੰਜਵੀਂ ਮਤਲਬ ਕਿਹੜੇ ਸਕੂਲ ਪੜ੍ਹੇ ਤੁਸੀਂ? ਪੰਜਵੀਂ ਸਰਕਾਰੀ ਸਕੂਲ ਹੈ। ਅਸੀਂ ਸਵਾਹ ਦਿੱਤੀ ਮਨ ਲਾਈ ਛਪਦੇ ਫਿਰਦੇ ਹੈ। ਅੱਛਾ, ਪੜ੍ਹਾਈ ਕੋਲ ਛਪਦੇ ਫਿਰਦੇ ਕਿ ਨਹੀਂ ਪੜ੍ਹਨਾ ਨਹੀਂ ਹੈ? ਮੁਫਤ ਕਿਤਾਬਾਂ ਦਿੰਦੇ ਹੈ, ਜਗ੍ਹਾ ਦਵਾਨੀ ਮਹੀਨੇ ਦਿੰਦੇ ਹੈ, ਕਿਤਾਬਾਂ ਦਿੰਦੇ ਹੈ, ਲੇਕਿਨ ਤੁਸੀਂ ਪੜ੍ਹਨੇ ਜਾਂ ਨਹੀਂ ਮਤਲਬ ਨਹੀਂ ਲਗੇ ਹੈ। ਚਲੋ ਕੋਈ ਨਹੀਂ, ਇਹਦੇ ਵਾਸਤੇ ਮਤਲਬ ਅੱਜ ਕੱਲ੍ਹ ਦੇ ਬੱਚਿਆਂ ਦਾ ਵੀ ਹੈ, ਉਹ ਵੀ ਅੱਜ ਕੱਲ੍ਹ ਫੋਨ ਦਿਖਦੇ ਰਹਿੰਦੇ ਅਤੇ ਪੜ੍ਹਦੇ ਕਿੱਥੇ ਨੇ? ਮਾਂ ਪਿਓ ਪਿੱਛੇ ਡੰਡਾ ਲਈ ਲੱਗੇ ਰਹਿੰਦੇ ਕਿ ਪੜ੍ਹੋ ਪੜ੍ਹੋ ਪੜ੍ਹੋ, ਲੇਕਿਨ ਬੱਚੇ ਕਿੱਥੇ ਸੁਣਦੇ ਆ? ਉਹ ਕਿੱਧਰ ਪੜ੍ਹਦੇ ਨੇ? ਅਤੇ ਮਾਤਾ ਜੀ, ਜਿਹੜੀ ਮੈਂ ਗੱਲ ਪੁੱਛਣਾ ਚਾਹਾਂਗੀ ਤੁਹਾਡੇ ਕੋਲ ਜੀ, ਠੰਡਾ ਹੋਇਆ ਵਿਆਹ ਹੋ ਰਿਹਾ 6ਵੀਂ ਨੂੰ ਮਤਲਬ ਕਾਫੀ ਇੱਧਰ ਠੀਕ ਠਾਕ ਲੱਗਿਆ ਮਾਹੌਲ? ਇੱਧਰ ਨਹੀਂ ਮਤਲਬ ਕੁਛ ਵੈਸਾ ਹੋਇਆ ਜੀ? ਉਹ ਜਿਹੜਾ ਹੋਣਾ ਇੱਥੇ ਨਹੀਂ ਮੈਂ ਦੇਖਿਆ, ਪਰ ਆਪਣੇ ਗੇ ਦੇਖਿਆ ਜੋ ਉਹਨੂੰ। ਅੱਛਾ, ਉਧਮਪੁਰ ਤੁਸੀਂ ਉਧਮਪੁਰ ਵੀ ਮਤਲਬ ਉਧਰ ਜਿੱਧਰ ਰਹਿੰਦੇ ਕਿਤੇ? ਉਦੋਂ ਹੋਰ ਭੈਣ ਸੀ ਮੇਰੀ ਵਿੱਚ। ਅੱਛਾ, ਭੈਣ ਹੋਰ। ਅੱਛਾ, ਤੇ ਇਹ ਮਤਲਬ ਆਖਦੇ ਨੇ ਕਿ 47 ਤੇ ਲੋਕ ਮਤਲਬ ਕਾਫੀ ਇੱਧਰ ਉੱਧਰ ਨੱਠਾ ਰਹੇ, ਕੁਛ ਪਾਕਿਸਤਾਨ ਵੀ ਜਿਹੜੇ, ਤੁਸੀਂ ਕਦੇ ਗਏ ਹੋ ਕਦੇ ਪਾਕਿਸਤਾਨ? ਨਾ, ਇਹਨਾਂ ਰਸਤਾ ਸਾਰਾ ਚੰਬੇ ਦਾ ਦਲੋਜੀ ਦਾ ਆਉਂਦੇ, ਇਹਦਾ ਲਾਹੌਰ ਵਿੱਚ, ਇਹਦਾ ਸ਼ਿਆਲਕੋਟ ਵਿੱਚ। ਅੱਛਾ, ਲਾਹੌਰ ਤੁਸੀਂ ਗਏ ਦੇ ਉਹਦਾ ਮਤਲਬ? ਹਾਂ, ਇਹ ਤੇ ਬੜੀ ਪੁਰਾਣੀ ਇੱਕ ਕਹਾਵਤ ਹੈ ਕਿ ਜਿੰਨੇ ਲਾਹੌਰ ਨਹੀਂ ਦੇਖਿਆ ਉਹ ਕਦੇ ਜੰਮਿਆ ਹੀ ਨਹੀਂ। ਤੇ ਮਾਤਾ ਜੀ, ਤੁਸੀਂ ਇਸ ਗੱਲ 'ਚ ਬੜੀ ਲੱਕੀ ਹੋ ਕਿ ਤੁਸੀਂ ਲਾਹੌਰ ਵੀ ਲਾਹੌਰ ਦਾ ਕੋਈ ਆਏ ਹੋ।
ਤੇ ਮਤਲਬ ਉਧਰ ਦਾ ਮੂਲ ਕਿਨੇ ਆ ਕਿ ਉਸ ਵੇਲੇ ਠੀਕ ਸਾ ਜਿਸ ਵੇਲੇ ਰਸਤਾ ਹਾ ਉਹ ਵੀ ਬੰਦ ਹੋਈ ਆ ਸ਼ੋਰ ਪਾਉਣਾ ਨੇ ਤੁਸ ਮਤਲਬ ਕੀ ਆ ਜਾਂਦੇ ਹੋ ਉਧਰ ਸਮਾਨ ਫਰੋਲਦੇ ਕਸਟਮ ਲੈਂਦੇ ਖਾਣੇ ਪੀਣੇ ਵਾਲਾ ਕੋਈ ਸਪੈਸ਼ਲ ਚੀਜ਼ ਹੈ ਜਿਹੜੀ ਤੁਸੀਂ ਖਾਧੀ ਹੋਏ ਲਾਹੌਰ ਦੀ ਆਪਣੇ ਆਪ ਵੀ ਦਿੱਲੀ ਤੱਕ ਜਾਂਦੀ ਹਾਂ ਰਾਤੀ ਚੜ੍ਹਨਾ 9 ਵਜੇ ਟ੍ਰੇਨ ਉੱਪਰ ਦਿੱਲੀ ਲੱਗ ਗਿਆ ਸਾਡੇ ਗੁਰੂ ਅਨੰਦਪੁਰ ਜਨਾਨੀ ਲਈ ਆਖਣਾ ਹੈ ਐਸਾ ਜਮਾਨਾ ਆਉਣਾ ਕੁੜੀਆਂ ਚ ਨਾਚ ਦੇਖਣਾ ਤੇ ਖੂਨ ਸਵੇਰ ਹੋਈ ਜਾਣਾ ਤੇ ਜਿਹੜੀ ਕਿ ਪੁਲਿਸ ਬੜੀ ਉਹ ਬੜੇ ਆਉਣੇ ਨੇ ਮਿਲਟਰੀ ਆਦੇ ਬੜੇ ਆਉਣੇ ਤੇ ਉਹ ਕੁੜੀਆਂ ਲੈ ਜਾਣੀਆਂ ਚੁੱਕੀਆ ਜਨਾਨੀਆਂ ਲੈ ਜਾਣੀਆਂ ਚੁੱਕੀਆ ਤੇ ਖੂਨ ਸਵੇਰ ਹੋਈ ਜਾਣੇ ਆਉਂ ਆਖਾਂ ਖੂਨ ਜਿੰਨਾ ਸਵੇਰ ਹੋਣੇ ਹੈ ਦੇਖਿਓ ਕਿਹੜਾ ਜ਼ਮਾਨਾ ਤਾਂ ਉਹ ਜ਼ਮਾਨਾ ਹੁਣ ਅੱਜ ਆਇਆ ਖੂਨ ਸਵੇਰ ਹੋਈ ਜਾਣੇ ਲਾਹੌਰ ਖੜੋਂਦੀ ਟ੍ਰੇਨ ਤੇ ਉੱਥੇ ਲਈ ਆ ਖਾਣਾ ਚਾਹ ਉਹਨੇ ਆਖਣਾ ਇਹ ਹਿੰਦੂ ਚਾਹ ਮੁਸਲਮਾਨ ਨੇ ਆਖਣਾ ਮੁਸਲਮਾਨ ਚਾਹ ਪੱਖੇ ਝੋਲਦੇ ਤੇ ਵੀ 4 ਘੜੀਆਂ ਉੱਥੇ ਗੱਡੀ ਖੜੋਣੀ ਤੇ ਬਸ ਚਲੀ ਪਾਉਣਾ ਵੀ ਜੰਮੂ ਆਉਣਾ ਜੰਮੂ ਆਉਣੀਆਂ ਦੇ ਸਮਾਨ ਆਉਣਾ ਉਹ ਕਸਟਮ ਜਿਹੀਆਂ ਪੂਰੇ ਰੁਜ਼ਗਾਰ ਖਾਨਾ ਹੁੰਦਾ ਵੇ ਜੰਮੂ ਨਹਿਰੀਪੁਰ ਉੱਥੇ ਉਹ ਲੈਂਦੇ ਹੁੰਦੇ ਸੀ ਸਾਰਾ ਬਿਸਤਰਾ ਸਾਰੇ ਸਮਾਨ ਫਰੋਲੀਆਂ ਜੇ ਜ਼ਿਆਦਾ ਕੋਈ ਵੀ ਬਣਿਆ ਸਮਾਨ ਹੋ ਗਿਆ 1 ਰੁਪਿਆ 1 ਲਈ ਲੈਂਦੇ ਸੀ ਉਹ ਸਮਾਨਾਂ ਦਾ 1 ਰੁਪਿਆ ਦੇਣਾ ਵੀ ਬੜਾ ਮੁਸ਼ਕਿਲ ਹੁੰਦਾ ਉਸ ਵੇਲੇ ਆਪਣੀ ਬੋਲੀ ਬੋਲਦੇ ਹੋ ਜਿਲੇ ਤੁਸੀਂ ਵਿਆਹੀਏ ਇੱਧਰ ਆਏ ਤੁਸੀਂ ਡੋਗਰੀ ਬੋਲਣਾ ਮਤਲਬ ਕਿੰਨੀਆਂ ਸਿੱਖਿਆ ਤੇ ਕਿੰਨੇ ਚਿਰ ਲੱਗੀ ਆ ਤੁਸੀਂ ਕੋਈ ਡੋਗਰੀ ਆ ਅਸੀਂ ਆਪਣੇ ਘਰ ਡੋਗਰੀ ਹੀ ਬੋਲਦੇ ਸੀ ਮਿੱਠੀ ਬੋਲਦੀ ਹੈ ਸਾਡੇ ਖੰਡ ਮਿੱਠੇ ਲੋਕ ਡੋਗਰੇ ਇਹ ਮੰਨਿਆ ਜਾਂਦਾ ਤੁਸੀਂ ਵੀ ਤੁਹਾਡੀ ਭਾਸ਼ਾ ਦੇਖੀ ਲਓ ਤੁਸੀਂ ਜਿਹੜਾ ਬੋਲਾ ਦਿਓ ਕਿੰਨੀ ਮਿੱਠੀ ਲੱਗਾ ਜੀ ਤੁਹਾਡੀ ਬੋਲੀ ਦੋਸਤੋ ਸਟੇਟ ਲਾਈਨ ਮੀਡੀਆ 'ਚ ਕਿ ਅੱਜ ਜਿਹੜਾ ਇਹ ਤੁਸੀਂ ਦੇਖਿਆ ਇਹ ਅੰਕ ਮੈਂ ਇੱਥੇ ਹੀ ਸਮਾਪਤ ਕਰਨੀ ਹਾਂ ਅਤੇ ਹੋਰ ਨਵੀਂ ਕਹਾਣੀਆਂ ਕੁਛ ਹੋਰ ਲਈ ਅੱਗੇ ਨਵੀਆਂ ਅਤੇ ਮੇਰੀ ਪਲਵੀ ਕੁਮਾਰੀ ਕੀ ਦਿਓ ਇਜਾਜ਼ਤ ਨਮਸਕਾਰ